ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 11 ਵਜੇ ਦੇ ਆ, ਅਤੇ ਆਪਾਂ 5:30 ਵਜੇ ਸੋਏ ਸੀਗੇ ਅਤੇ 10 ਵਜੇ ਉੱਠ ਖੜ੍ਹੇ, ਅਤੇ ਹੁਣ ਉਹ ਵੀ ਇਸ ਟਾਈਮ ਆਪਾਂ ਖੜ੍ਹੇ ਹਾਂ ਗੰਗਰਾਰ, ਅਤੇ ਸੋਨੂ ਆ ਰਿਹਾ। ਬਾਹਰ ਤੁਰਦੇ ਹਾਂ, ਗੱਡੀ ਆਪਣੀ ਠੀਕ ਆ, ਟਾਈਮ 'ਤੇ ਆ ਗੱਡੀ, ਉਹ ਖੜੀ ਆ ਗੰਗਰਾਰ ਵਾਲਾ ਟੋਲ ਪਾਰ ਕਰਕੇ, ਜਿਹੜਾ ਪਹਿਲਾਂ ਹੀ ਹੋਟਲ ਆਉਂਦਾ ਇੱਥੇ ਖੜੀ ਆ। ਅਤੇ ਬਾਕੀ ਹੁਣ ਫਰੈਸ਼ ਫਰੁਸ਼ ਹੋ ਆਈ ਇਹਨੇ, ਅਤੇ ਮੈਨੂੰ ਲੱਗਦਾ ਨਹੀਂ ਤਾਂ ਹੋਰ ਆ ਬਈ, ਮੈਂ ਕਿਤੇ ਆ ਗਿਆ। ਅਤੇ ਚਲੋ ਅੰਦਰ ਜਾਣਾ ਪੈਣਾ ਢਾਬੇ 'ਤੇ, ਉਹ ਕਰੇ ਅਤੇ ਫਰੈਸ਼ ਫਰੁਸ਼ ਹੋ ਕੇ ਫਿਰ ਤੁਹਾਨੂੰ ਨਾ ਆਏ ਤਾਂ ਮਿਲਦੇ ਹਾਂ। ਗੱਡੀ ਆਪਣੀ ਰੇਡੀ ਆ, ਬਸ ਪੱਚੀ ਸਿਰ ਸਾਫ਼ ਕੀਤੇ ਹੋਏ ਆ। ਅਤੇ ਲਓ ਜੀ, ਬੰਦਿਆਂ ਦੀ ਵੇਟ ਹੋ ਰਹੀ ਸੀ, ਉਹ ਬੰਦੇ ਆ ਗਏ ਆ। ਕਹਿੰਦੇ ਆ, ਕਹਿੰਦੇ ਰਸਤਾ ਉਡੀਕ ਰਹੇ ਆ, ਕਹਿੰਦੇ ਤੁਹਾਡਾ ਹੋ ਗਈਆਂ ਰਾਣੀਆਂ ਕੱਟੀਆਂ। ਇਹ ਹਮਾਰੇ ਸਾਥ ਹੀ ਹੈ, ਆ ਗਏ, ਹੋ ਗਿਆ ਕੱਟੀਆਂ, ਹੋ ਗਿਆ ਕੱਟੀਆਂ, ਹੋ ਗਿਆ ਹੋ ਗਿਆ ਰਾਣੀਆਂ ਕੱਟੀਆਂ। ਹੁਣ ਆਊ ਸਵਾਦ, ਹੁਣ ਆਊ ਸੱਸਾ ਸਵਾਦ। ਕਹਿੰਦੇ ਪਾਏ ਵਿਆਪਰ ਪਿਆਜ ਥੱਲੇ ਵੀਰਾਂ, ਕਹਿੰਦਾ ਵੀਰਾਂ ਨਾਲ ਪਿਆਜ ਖਾਓ। ਅਤੇ ਸਾਨੂੰ ਭਰਾਓ ਮੀਂਹ ਪਿਆ, ਸਾਡੇ ਵੀਲ ਵੂਲ ਕੱਪ ਹੋਏ ਹੋਏ ਆ ਗੰਦੇ, ਅੱਗੇ ਜਾ ਕੇ ਧੋਵਾਂਗੇ ਅੱਜੇ। ਆਉਂ ਜੀਆਂ ਫੌਜਾਂ, ਅੱਗੋਂ ਵਾਲੇ ਆ ਗਏ ਜੀ। ਹੋਰ ਕਿਆ ਕਰਨਾ, ਕਿਆ ਜੀ ਗੱਲੀ ਚਾਹੀ ਹੋਰ ਵੀਰੇ, ਫਾਈਨਲੀ ਹੋ ਗਈਆਂ ਇਕੱਠੀਆਂ ਵੀਰੇ। ਹਾਂ ਥੋੜੀ ਦੇਰ ਵਾਸਤੇ ਹੀ ਲਾ ਚੱਲ, ਠੀਕ ਹੈ ਮਿੰਟੂ ਸੇ, ਬੰਦਾ ਪੂਰਾ ਗੈਮ ਹੈ, ਠੀਕ ਹੋ, ਓਕੇ ਰਿਪੋਰਟਾਂ। ਨਹੀਂ ਆਪ ਚੜਵਾਇਆ ਮੈਂ, ਹਾਂ ਲਾ ਬਈ, ਹਮ ਭਾਈ ਭਾਈ ਵਿਛੜਨੇ ਲਗੇ ਹੈ, ਪਰਦੇਸੀ ਪਰਦੇਸੀ ਜਾਣਾ ਨਹੀਂ, ਹਾਂ ਆਰਾਮ ਨਾਲ ਆਇਓ, ਅਸੀਂ ਪੰਜਾਬ ਲਿਆ ਕੇ ਜਾਵਾਂਗੇ।
ਲੈ ਕੇ ਜਾਵਾਂਗੇ ਤੈਨੂੰ। ਕੱਪੜੇ ਕੁਪੜੇ ਤੇਰੇ? ਅੱਛਾ ਮਿੱਤਰ, ਟਾਈਮ ਹੋ ਗਿਆ 2:18 ਤੇ ਉਹ ਤਾਂ ਚੱਲ ਪਏ ਜੀ, ਆਪਾਂ ਮਾਦਰਵਾੜੇ ਪਹੁੰਚਣੇ ਵਾਲੇ ਹਾਂ ਤੇ ਨਾਲ ਪਾਇਲਟ ਸਾਹਿਬ ਆ ਗਏ ਆਪਣੇ। ਹੁਣ ਮੈਨੂੰ ਕੋਈ ਟੈਨਸ਼ਨ ਨਹੀਂ, ਇਹ ਬੰਦੇ ਦੇ ਹੁੰਦੇ ਕੋਈ ਟੈਨਸ਼ਨ ਨਹੀਂ ਮੈਨੂੰ ਵੀ ਗੱਡੀ ਪਹੁੰਚੇਗੀ ਕਿ ਨਹੀਂ ਪਹੁੰਚੇਗੀ, ਟੈਨਸ਼ਨ ਫਰੀ ਹੈ। ਇਹ ਤਾਂ ਬੈਠੇ ਦਾ ਹੀ ਹੌਂਸਲਾ ਬਥੇਰਾ ਮੈਨੂੰ, ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਨਾ। ਮੈਂ ਕਿਹਾ ਆਉਣਾ ਚਾਹੀਦਾ ਬੰਦਾ ਨਾਲ ਮੇਰੇ, ਫਿਰ ਕੋਈ ਦਿੱਕਤ ਨਹੀਂ ਸਾਨੂੰ। ਤੇ ਜੱਸੀ ਚਲੇ ਗਿਆ ਮਿੰਟੂ ਨਾਲ ਤੇ ਬਿੰਦਰ ਆਪਣੇ ਨਾਲ ਆਇਆ ਨਹੀਂ, ਉਹਨੂੰ ਕਿਹਾ ਸੀਗਾ ਵੀ ਆ ਜਾ ਗੱਲਾਂ ਮਾਰਦੇ ਜਾਵਾਂਗੇ। ਉਹ ਕਹਿੰਦਾ ਮੈਂ ਇੱਧਰ ਠੀਕ ਹੈ, ਅਸੀਂ ਕਹਿੰਦਾ ਵੀ ਅਸੀਂ ਜਾਵਾਂਗੇ ਫਲਾਈਟ ਰਾਹੀਂ। ਉਹ ਫਿਰ ਉਹਨਾਂ ਕੋਲ ਮਾਲ ਦੂਆ ਨਾਲੇ ਆਰਾਮ ਨਾਲ ਆਉਣਗੇ ਤੇ ਚਲੋ ਹੁਣ ਤਾਂ ਖਿੱਚੋ ਖਿੱਚ ਹੈ ਬਸ, ਹੁਣ ਨਹੀਂ ਕਹਿੰਦੇ ਮੰਗਲੈਲ ਠੰਡਾ ਆਉਣ ਦੇਣਾ। ਬਾਰਾਂ 1 ਦਾ ਟਾਈਮ ਹੈ ਕਹਿੰਦੇ ਅੰਬਾਲੇ ਦਾ, ਆ ਗਿਆ ਅੱਗੇ ਲਓ ਬਾਈ ਡਿਊਟੀ ਹੋ ਗਈ ਹੈ ਚੇਂਜ। ਇੱਧਰ ਆਪਾਂ ਆ ਗਏ ਕਨੈਕਟਰ ਸੀਟ ਤੇ, ਆ ਗਏ ਆਪਣੇ ਸੀਟ ਤੇ ਵੀਰ ਜੀ। ਇਹ ਹੁਣ ਚਲਾਏਗਾ ਜਿੱਥੇ ਤੱਕ ਨੀਂਦ ਨਹੀਂ ਆਏਗੀ ਇਸਕੋ, ਜਿੱਥੇ ਨੀਂਦ ਆ ਗਈ ਤੇ ਹਮਕੋ ਠਾਲ ਦੇਗਾ। ਆ ਤੇਰੇ ਨਾਲ ਬੈਠਾ ਇਹਦੇ ਨਾਲ ਆਪਣਾ ਗੱਲਾਂ ਮਾਰੀ ਜਾਈ ਠੀਕ ਆ। ਮੱਖੀ ਹੈ ਕਿਉਂ ਡਰੀ ਜਾਂਦਾ ਠੀਕ ਆ, ਇਹ ਸੋਜੂਗਾ ਉਹ ਉੱਪਰ ਵਾਲਾ ਠੀਕ ਆ। ਇੱਧਰ ਆ ਇੱਕ ਇਹਨਾਂ ਨਾਲ ਗੱਲਾਂ ਮਾਰੀ ਜਾਈ ਆਪਣਾ, ਨਾਮ ਇਹਨਾਂ ਦਾ ਦੱਸਿਆ ਨੀ ਬਾਈਆਂ ਨੇ ਕਮੈਂਟ ਕਰਕੇ ਵੀ ਕਿਆ ਰੱਖੀ ਇਹਦਾ। ਤੇ ਬਾਕੀ ਬਾਂਦਰ ਵਾਲੇ ਪਹੁੰਚ ਗਏ ਅਸੀਂ, ਐ ਬਾਂਦਨਵਾੜਾ ਹੈ ਨਾ ਆਪਣੇ, ਮਤਲਬ ਬਾਂਦਰਵਾੜਾ ਬਾਂਦਰਵਾੜਾ ਹੀ ਬੋਲਤੇ ਹੈ। ਆ ਰਹਾ ਹੈ ਸਵਾਦ, ਤੇ ਬਾਈ ਨਜ਼ਾਰਾ ਆ ਰਿਹਾ ਚੋਬਰ ਨੂੰ। ਤੇ ਨਾ ਆਪਾਂ ਇਹਦਾ ਸੈਂਟ ਵਾਲਾ ਜਗਾੜ ਆ ਲਾਵਾਂਗੇ ਕਦੇ, ਜਾਂ ਉਹ ਉੱਪਰ ਉੱਧਰ ਇਹ ਦਿਖਾਵਾਂ ਤੁਹਾਨੂੰ ਕਿਵੇਂ ਚੱਲਦਾ। ਇਹ ਇਹਨੂੰ ਟਾਈਮ ਲੱਗਿਆ ਵਾ ਇਹਦੇ ਪਰ 10 ਮਿੰਟ 20 ਮਿੰਟ 40 ਮਿੰਟ, ਮੰਨ ਲਓ ਆਪਣੇ 20 ਮਿੰਟ ਦਾ ਕਰਤਾ ਇਹ ਹੁਣ ਚੱਲੇਗਾ। ਇਹ ਚੱਲ ਜਾ ਚੱਲ ਜਾ ਚੱਲ ਜਾ ਚੱਲ ਇੱਦਾਂ ਇੱਦਾਂ ਚੱਲ ਜਾਂਦਾ ਆਟੋਮੈਟਿਕ। ਜਦ ਵੀ ਇਹਨੂੰ ਮਤਲਬ ਬੰਦ ਕਰਕੇ ਚਲਾਉਂਦੇ ਹਾਂ ਨਾ ਫਿਰ ਤਾਂ ਇੱਕ ਵਾਰੀ ਆਪਣਾ ਟਾਈਮ ਦੀ ਸੈਟਿੰਗ ਕਰ ਲੈਂਦਾ ਉਹਦੇ ਹਿਸਾਬ ਨਾਲ ਚੱਲਦਾ ਰਹਿੰਦਾ, ਅਤੇ ਇਹਦਾ ਫਾਇਦਾ ਹੈਗਾ।
ਸੀਗਾ ਤੇ ਹੁਣ ਆਪਾਂ ਨੀਨੀਆਂ ਕਰੀਏ ਹੁਣ ਨਾ ਛੇੜ ਜੱਟ ਨੂੰ ਬਹਿ ਗਿਆ ਸੀਟ ਤੇ ਸੋ ਜਾ ਵੀਰ ਜੀ ਹੁਣ ਤੂੰ ਆ ਕੇ ਸਲਾਇਆ ਮੈਨੂੰ ਚੱਜ ਨਾਲ ਤੇ ਚਲੋ ਬਾਈ ਮੋਰਨਿੰਗ ਟਾਈਮ ਹੈ ਮਤਲਬ ਮੋਰਨਿੰਗ ਆਪਣਾ ਹੋਏਗੀ ਟਾਈਮ ਕਿੰਨਾ ਹੋ ਗਿਆ 3 ਵਜ ਗਏ ਟਾਈਮ ਹੋ ਗਿਆ 3:30 ਤੇ ਕਿੱਥੇ ਪਹੁੰਚ ਗਏ ਆਪਾਂ 1 ਵਜੇ ਪਹੁੰਚ ਗਏ ਤੇ ਘਰੇ ਇਹਨੇ ਬੰਦੇ ਨੇ ਕਿਹਾ ਤਾ ਕਹਿੰਦਾ ਜਦ ਉੱਥੇ ਤੇ ਚੱਲੇ ਤੇ ਕਹਿੰਦਾ 12 ਵਜ ਗਏ ਨਾ 1 ਵਜੇ ਚੱਲੇ ਤੇ ਅਸੀਂ ਤੇ ਇਹਨੇ ਕਿਹਾ ਤਾ ਗੰਗਰਾਰ ਦਾ ਕਹਿੰਦਾ 12 ਵਜੇ ਦਿਖਾ ਰਿਹਾ ਕਹਿੰਦਾ ਮੈਪ ਚ ਕਹਿੰਦਾ 1 ਵਜੇ ਅੰਬਾਲੇ ਹੋਣੀ ਚਾਹੀਦੀ ਆ ਗੱਡੀ 1 ਵਜੇ ਅੰਬਾਲੇ ਪਹੁੰਚਾ ਦੀ ਗੱਡੀ ਤੇ ਬਾਪੂ ਦਾ ਆਇਆ ਫੋਨ ਕਹਿੰਦਾ ਉੱਠ ਖੜੇ ਮੈਂ ਕਿਹਾ ਚੱਲੇ ਆ ਅੰਬਾਲੇ ਤੋਂ ਕਹਿੰਦਾ ਹੈ ਉਹਦੇ ਟ੍ਰੇਨ ਵਾਲੀ ਬੁਲਟ ਤੇ ਕਹਿੰਦਾ ਹੈ ਕਹਿੰਦਾ ਬੰਦਾ ਟੈਨਸ਼ਨ ਹੋਈ ਪਈ ਸੀ ਵੀ ਸਬਰ ਇੰਨਾ ਇਹਨਾਂ ਦਾ ਵੀ ਹਲੇ ਸੁੱਤੇ ਪਏ ਹੋਣੇ ਮੈਂ ਕਿਹਾ ਨਾ ਅੰਬਾਲੇ ਤੋਂ ਚੱਲੇ ਆ ਹੁਣ ਤੇ ਹਲੇ ਵੀ 600 ਕਿਲੋਮੀਟਰ ਸਫ਼ਰ ਪਿਆ ਸਾਡਾ ਉਹ ਯਾਰ ਹੁਣ ਮੈਂ ਉਹ ਹੋ ਗਈ ਤਬੀਅਤ ਖਰਾਬ ਹੋ ਗਈ ਤੇ ਚਲੋ ਕੋਈ ਨੀ ਆਪਾਂ ਕਰ ਲਾਂਗੇ ਸਫ਼ਰ ਪੂਰਾ ਬਾਬਾ ਜੀ ਨਾਲ ਆਪਣੇ ਤੇ ਜੱਸੀ ਹੁਣ ਹਲੇ ਉਹ ਕਿੱਥੇ ਫਿਰਦੇ ਆ ਮਿੰਦਰ ਨੂੰ ਰਾਤ ਕਿਹਾ ਸੀਗਾ ਵੀ ਚੱਲ ਸਾਡੇ ਨਾਲ ਉਹਨੂੰ ਐ ਸੀਗਾ ਵੀ ਇਹ ਗੱਡੀਆਂ ਇਕੱਠੀਆਂ ਹੀ ਰਹਿਣੀਆਂ ਨਾ ਕਹਿੰਦਾ ਮੈਂ ਇਹਦੇ ਵਾਲੀ ਮੈਂ ਬੈਠੂੰਗਾ ਕਹਿੰਦਾ ਪਿੱਛੇ ਵਾਲੀ ਮੈਂ ਫਿਰ ਇਹਨੂੰ ਫੋਨ ਕਰਦਾ ਕਹਿੰਦਾ ਇੱਥੇ ਜੀਨ ਤੇ ਬੋਲਵੋ ਨੀ ਜਾਂਦੀ ਜੀਨ ਕਹਿੰਦਾ ਬੋਲਵੋ ਤਾਂ ਕਹਿੰਦਾ ਮਿਸ ਕਰਤੀ ਤਾਂ ਬੋਲਵੋ ਤੇ ਵੀ ਪਹਿਲਾਂ ਪਹੁੰਚਾ ਦੇਣਾ ਸੀਗਾ ਹੈ ਕਿ ਨਹੀਂ ਬੋਲਵੋ ਵੀ ਰੋਟੀ ਖਾਣ ਰੁਕਦੀ ਹੈ ਅਸੀਂ ਸਿਰਫ ਤੇਲ ਪਵਾਉਣ ਰੁਕੇ ਉਹ ਵੀ ਇਹਦੇ ਚ ਆਪਣੇ ਚ ਤੇਲ ਨੀ ਪਾਇਆ ਅਸੀਂ ਤੇ ਚਲੋ ਮੀਂਹ ਪੈਣ ਲੱਗ ਗਿਆ ਹੁਣ ਅਸੀਂ ਜਾਵਾਂਗੇ ਹੁਸ਼ਿਆਰਪੁਰ ਆਉਂਗੇ ਮਿੱਤਰੋ ਦੱਪਰ ਵਾਲਾ ਟੋਲ ਪਾਰ ਕਰਿਆ ਤੇ ਮੀਂਹ ਫੁੱਲ ਫਲੈਸ਼ ਮੀਂਹ ਪੈ ਰਿਹਾ ਪਾਣੀ ਵਾਲੇ ਪਏ ਹੈ ਜਾਮ ਚ ਫਸ ਗਏ ਸੀਗੇ ਆਪਾਂ ਨੇ ਗੱਡੀ ਗਲਤ ਬਾੜ ਲਈ ਸੀਗੀ ਇੱਧਰ ਸਾਰੇ ਮੁੜਨੇ ਵਾਲੇ ਖੜੇ ਇੱਧਰ ਮਾਤਾ ਗੱਡੀ ਉਤੋਂ ਕਈ ਵਾਰ ਆਪਾਂ ਛੇਤੀ ਕਰਦੇ ਹੋਰ ਪਿੱਛੇ ਹੋ ਜਾਂਦੇ ਮਿੱਤਰੋ ਟਾਈਮ ਹੋ ਗਿਆ 9:48 ਮਿੰਟ ਆ ਨਾ ਇੰਨੀ ਹੋਏ ਵੇ ਨਾ ਉਹ 1 ਮਿੰਟ ਦਾ ਫਰਕ ਪੈ ਗਿਆ ਨਾ ਕੱਟ ਸੁੱਚ ਉਹ ਕਰਿਆ ਤਾ ਤੇ ਹੁਣ ਬੰਟੀ ਦੇ ਹੋਟਲ ਦੇ ਚਾਹ ਪੀਵਾਂਗੇ ਤੇ ਕਰਦੇ ਹਾਂ ਇਹ ਵਲੋਗ ਦਾ ਐਂਡ ਆਪਾਂ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ
ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਵਲੌਗ, ਜਦ ਤੱਕ ਰੱਬ ਰੱਖਾ।